ਹੁਣ ਤੁਹਾਡੇ ਸਾਹਮਣੇ ਸ਼ਹਿਨਸ਼ਾਹ ਮਸਾਹਿਬ ਮੁਲਕ ਪਾਕਿਸਤਾਨ ਦੇ ਨਾਮਵਰ ਨੂਆ ਖਾਨ ਸੈਯਦ ਇੰਤਜ਼ਾਰ ਹੁਸੈਨ ਸ਼ਾਹ ਉਹ ਖਿਤਾਬ ਫਰਮਾਉਂਦੇ ਹਨ। ਦੀ ਕਬੂਲੀਅਤ ਵਾਸਤੇ ਬੁਲੰਦ ਸਲਵਾਤ ਪੜੋ। ਪਾਕ ਇਮਾਮ ਜ਼ਮਾਨਾ ਦੀ ਅਮਨ ਔਰ ਸਲਾਮਤੀ ਵਾਸਤੇ ਅੱਖਾਂ ਬੰਦ ਕਰਕੇ ਬੁਲੰਦ ਸਲਵਾਤ। ਨਾਰੇ ਤਕਬੀਰ ਬਾਵਾ ਦੇ ਬੁਲੰਦ, ਨਾਰੇ ਤਕਬੀਰ, ਨਾਰੇ ਰਿਸਾਲਤ, ਨਾਰੇ ਰਿਸਾਲਤ, ਨਾਰੇ ਹੈਦਰੀ। ਬਾਵਾ ਦੇ ਬੁਲੰਦ ਨੂੰ ਹੱਥ ਬੁਲੰਦ ਕਰਕੇ ਨਾਰੇ ਹੈਦਰੀ। ਹੁਸੈਨੀਆਤ, ਯਜ਼ੀਦੀਆਤ, ਆਲੇ ਮੁਹੰਮਦ ਦੁਸ਼ਮਣ ਤਿਲਾਨਾ, ਪਾਕ ਇਮਾਮ ਜ਼ਮਾਨਾ ਸਰਕਾਰ ਦੇ ਦੁਸ਼ਮਣਾਂ ਤਿਲਾਨਾ, ਪਾਕ ਮਖਦੂਮਾ ਸੈਣ ਦੇ ਦੁਸ਼ਮਣਾਂ ਕਾਤਲਾਂ ਤਿਲਾਨਾ, ਬਾਰੇ ਦੀਗਰ ਬੁਲੰਦ ਸਲਵਾਤ ਪੜੋ। ਅੱਲਾਹੁ ਮੌਲਾ ਤੁਹਾਡੇ ਮੁਕੱਦਸ ਮੁਕਾਮ 'ਤੇ ਟੁਰਾ ਕਬੂਲ ਫਰਮਾਵੇ। ਪਾਕ ਹੁਸੈਨ ਦੀ ਅੰਮਾ ਬਾਨੀਆਨ ਦਾ ਪੁਰਖਲੂਸ ਇਹਤਮਾਮ, ਬਾਰਵਾਂ ਸ਼ਹਿਨਸ਼ਾਹ ਆਪਣੀ ਜੱਦ ਦੀ ਮੁਕਾਨ ਕਬੂਲ ਫਰਮਾਵੇ। ਇਹਦਾ ਨਿਮਲ ਬਦਲ ਲਈ ਆਜ਼ਾਦਾਰੀ ਦਾ ਸਵਾਬ, ਸਾਰਾ ਦਿਨ ਲੰਗਰ ਨਿਆਜ਼ ਤੁਆਮ ਦਾ ਸਵਾਬ, ਜ਼ਿਕਰ ਦਾ ਸਵਾਬ, ਜੁਮਲਾ ਜਿਤਨੇ ਮਜ਼ਲੂਮੇ ਕਰਬਲਾ ਦੇ ਅਜ਼ਦਾਰ ਮੌਲਾ ਕੋ ਰੋਕ ਕੇ ਟੁਰ ਗਏ ਜਾਂ ਮੌਲਾ ਦਾ ਜ਼ਿਕਰ ਪੜ੍ਹ ਕੇ ਟੁਰ ਗਏ, ਮਾਲਿਕ ਤਮਾਮ ਦੇ ਦਰਜਾਤ ਬੁਲੰਦ ਫਰਮਾ। ਜਿਤਨੇ ਹਾਜ਼ਰੀਨ ਮਜਲਿਸ ਮੈਂ ਸਮੈਤ ਤਸ਼ਰੀਫ ਫਰਮਾਓ ਜਾਂ ਜਿਹੜੇ ਘਰਾਂ 'ਚ ਟੁਰ ਗਏ ਮੌਲਾ ਦੀ ਹਾਜ਼ਰੀ ਦੇਖ ਕੇ, ਮੌਲਾ ਤਮਾਮ ਦੇ ਬਜ਼ੁਰਗਾਂ ਦੇ ਦਰਜਾਤ ਬੁਲੰਦ ਫਰਮਾ। ਅੱਲਾ ਭਾਵੇਂ ਸੈਦਾਂ ਦੇ ਘਰ ਹੁਣ ਵਸ ਪੋਵੇ, ਵਿਛੜੀ ਬਹਿਣ ਭਰਾ ਦਾ ਪੱਲੂ ਬੱਧੇ, ਸਰਕਾਰ ਇਮਾਮ ਜ਼ਮਾਨਾ ਦਾ ਜਲਦੀ ਜ਼ਹੂਰ ਹੋਵੇ। ਮੈਂ ਸੈਯਦ ਹਰਜ਼ਦਾਰੀ 'ਚ ਵਾਜਿਬ ਸਮਝ ਕੇ ਇੱਕ ਦੁਆ ਮੰਗਦਾ ਹੁੰਦਾ, ਜਿਹੜੇ ਸਾਰਾ ਦੀ ਖਾਕ 'ਤੇ ਬਹਿ ਕੇ ਰੋਂਦੇ ਨੇ, ਹੱਕਦਾਰ ਹੀ ਨੇ ਆਜ਼ਾਦਾਰ। ਮਾਲਿਕਾ ਅੱਜ ਦੇ ਜ਼ਿਕਰ ਦਾ ਵਾਸਤਾ ਹੀ, ਮਜ਼ਲੂਮ ਨੇ 13 ਜ਼ਰਬਾਂ ਦਾ ਵਾਸਤਾ ਹੀ, ਜਿਹੜੇ ਜਿਹੜੇ ਮਜ਼ਲੂਮ ਨੇ ਜ਼ਿਕਰ 'ਤੇ ਹਾਜ਼ਰ ਬੈਠਣ ਜਾਂ ਘਰਾਂ 'ਚ ਚੱਲੇ ਗਏ ਪਰਦੇ ਦੇ ਅੰਦਰ, ਮੇਰੀ ਮਾਵਾਂ ਭੈਣੀ ਪਾਕ ਮੁਰਸ਼ਜ਼ਾਦੀ ਦੀ ਲੁੱਟੀ ਵਿੱਚ ਆਦਰ ਕਰੋਵਣ ਆਏ, ਇਨ ਆਜ਼ਾਦਾਰਾਂ ਕੋ ਇੱਕ ਦਫ਼ਾ ਉਹ ਜਹਾਂ ਜ਼ਰੂਰ ਦਿਖਾ, ਜਿੱਥ ਲੱਥ ਹੈ ਉੱਥ ਕੁੱਠਾ ਨਹੀਂ, ਜਿੱਥ ਕੁੱਠਾ ਹੈ ਉੱਥਾ ਦਫ਼ਨ ਨਹੀਂ ਅਕਬਰ ਦਾ ਬਾਬਾ। ਮਾਲਿਕ ਸਾਰੀਆਂ ਕੋ ਮਜ਼ਲੂਮ ਦੀ ਜ਼ਿਆਰਤ ਤੋਂ ਮੁਸ਼ਰਫ, ਮੇਰੇ ਵਾਸਤੇ ਲੱਤਾਂ ਲੱਖਾਂ ਦਾ ਮਜਮਾਓ। ਵੱਲਾ ਘਰੋਂ ਟੁਰਦਿਆਂ ਹਿੱਕਾ ਨੀਅਤ ਆਉਂਦੀ ਹੈ, ਪਾਕ ਹੁਸੈਨ ਦੀ ਅੰਮਾ ਸਾਡੀ ਨੌਕਰੀ ਕਬੂਲ ਫਰਮਾਵੇ, ਪਾਕ ਮਖਦੂਮਾ ਸੈਣ ਮੁਅਜ਼ਮਾ ਸੈਣ ਤੁਹਾਡੀ ਨੌਕਰੀ ਕਬੂਲ ਫਰਮਾਵੇ। ਮੇਰੇ ਵਾਸਤੇ ਹਜ਼ਾਰਾਂ ਲੱਖਾਓ ਮੁਤਮਿਨ ਡਿਊਟੀ ਥੋੜ੍ਹੀ ਜਿਹੀ ਦੇਰ ਦੀ, ਮੇਰੀ ਕੋਸ਼ਿਸ਼ ਹੋ ਸੀ ਮੇਰੀ ਆਪਣੀ ਹੀ ਖੰਜ ਆ ਵਜੇ, ਇੱਕ ਹੁਸੈਨ ਮਜ਼ਲੂਮ ਦੇ ਅਜ਼ਾਦਾਰਾਂ ਦੀ ਆ ਵਜੇ, ਸਾਰਾ ਦਿਨ ਦੀ ਮਿਹਨਤ ਬਾਨੀਆਨ ਦੀ ਉਤੋਂ ਦੁਆ 'ਚ ਮੰਗੇ ਸੂ। ਅਗਰ ਜਨਾਬ ਦੀ ਇਜਾਜ਼ਤ ਹੋਵੇ, ਮੈਂ ਸੈਯਦ ਤੁਹਾਡੇ ਹੱਕ ਹੀ ਦੁਆ ਕੀਤੀ ਹੈ, ਤੁਸੀਂ ਮੇਰੇ ਹੱਕ ਹੀ ਦੁਆ ਕਰੇ, ਮੈਂ ਨੌਕਰੀ ਪਾਕ ਸ਼ੁਰੂ ਕਰ ਰਿਹਾ। اللهم كل وليك الحجة ابن الحسن عليه الصلاة والسلام صلواتك عليه وعلى آبائه في أجساء وفي كل ساعة من سات الليل والنهار وليا وحافظا وقائدا وناصرا ودليلا ويل الحتى تسكنه ارزقتوں و
وتمتعه فيها طويلا. بسم الله الرحمن الرحيم. يا كاشف الكرب عن وجه الحسين. ایک شکر بھی وکرب المومنین بے حق اخی کل یا باب الحوائج و یا حجاب ام المسائب. ادرکنی فی سبیل اللہ. اللہم صلی علی محمد و آل محمد و اجل فرج آل محمد. سیدہ دے کیوں قید چھڑے نئے اللہ راسیاں دی. میں سیدہ یقین ہے جڑے بیٹھے نہ صرف رومن واسطے بیٹھے. ظالم دا دربار ادرا دا ویلا مولا باقر دا زخمی بابا. ظالم دی آواز اے مولا تہاڈیاں قیداریاں وطن تے وال ونجو. سید راج رنا ہے ٹھڈا صاحب ظالم دے پاس دے کے آدھا کھڑے. ظالما کیوں قید چھڑے نئے اللہ راسیاں دی. کیوں بدل دی تئی قانون سیدہ دے ظالما ہن ڈا گائے. بے وطنا کوں کیویں رہونے باج سکوں. نوکراں چاچا دیاں دے پردے ہونے نوکراں جوانیاں مانو بینی کو نصیبو مولا دمات میں عزدار نو کرم بھائی جان. سیدان آخری مکان زندگی دا کوئی پتہ نہیں. متمائیں فقیر سید دے آخری مکان ہوئے تیدی اگو حت بدی کھنا سارا دی مظلوم دا ذکر سنائی تھکا ضرور بیٹھا ہو سے. حسین دی تصدی دنوے خانہ تیدی اگو حت بات کے منت پیا کرے نا. جتنی دیر پڑ سا میں سید تیدی منت نہ کرے سا. منت ہی واسطے پیا کرے نا جو سترہ اتنیا اوکھیان جے تین جی سے انہ سترہ کو سوچ کے رو سے ضرور ٹھڈا سا بھر کے آدھا کھڑے. ظالما اسا وسان دے قابل نہیں رہے گا ہے. سن گال میری ملونے این شام دہار دیواروں تے میری ماں دے ساردہ ساردہ خونے میں شام کی میں چھوڑا. صدقے 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 جوانی امان اسان وسان دے قابل نہیں رہے گا ہے. اسان وسان صدقے اسان وسان دے قابل نہیں رہے گا ہے. اسان وسان دے قابل نہیں رہے گا ہے. سن گال میری ملونے این شام دہارا دیواروں تے میری ماں دے ساردہ ساردہ خونے میں شام کی میں چھوڑا. صدقے صدقے ہو دیاں نو کرا جوان نو کرا دیاں دے پردے ہونے جوانی امانے نو کرا بابا. میں کوئی تھک بھی ہاں میں نو کرا بابا اسا اسا وسان دے قابل نہیں رہے گا. سن گال میری ملونے این شام دہارا دیواروں تے میری ماں دے ساردہ
ਸਾਰਾ ਦਾ ਖੂਨ ਨੌਕਰਾ ਬਾ ਜਵਾਨੀਆਂ ਮਾਰ ਮੇਰੀ ਸੈਣ ਇਹਨਾਂ ਦੀਆਂ ਕੂਕਾਂ ਕਬੂਲ ਫਰਮਾ, ਇਹਨਾਂ ਦੇ ਗਿਰੀਏ ਕਬੂਲ ਫਰਮਾ। ਈ ਵੇਲੇ ਦਾ ਵਾਸਤੇ ਮਜ਼ਲੂਮ ਦੇ ਮਾਤਮੀ ਸ਼ਾਲਾ ਕਈ ਦੁੱਖ ਭੇਣੀ ਕੋ ਨਸੀਬ ਹੋ ਨੌਕਰ ਬਾਬਾ ਅਸਾਂ ਵਸਾਣ ਦੇ ਕਾਬਿਲ ਨਹੀਂ ਰਹਿ ਗਏ। ਸੁਣ ਗਾਲ ਮੇਰੀ ਮਲੂਨ ਈ ਸ਼ਾਮ ਦੀ ਹਾਰ ਦੀਵਾਰੋਂ ਤੇ ਮੇਰੀ ਮਾਂ ਦੇ ਸਰ ਦਾ ਉਹ ਮੈਂ ਸਦਕੇ ਥਿਵਾਂ ਦੀਆਂ ਕੁਰਬਾਨ ਕਰਾਂ ਮੌਲਾ ਦੀ ਕਸਮ ਹੈ। ਮੈਂ ਸੈਯਦ ਅਦਿੱਲਾ ਇੱਕ ਬੰਦ ਪੜ੍ਹ ਕੇ ਉਹ ਤੁਨੂੰ ਸ਼ੁਰੂ ਕਰੇ ਨਾਮ ਮੈਂ ਪਤਾ ਲੱਗ ਗਿਆ ਮਜਲਿਸ ਵਿੱਚ ਕਿਤਨੀ ਰੂਹਾਨੀਆਂ ਤੇ ਜ਼ਿਕਰ ਦੀ ਕਸਮ ਹੈ ਅੱਲਾ ਮੇਰੇ ਸਾਹਮਣੇ ਮੈਂ ਕੋ ਪਤਾ ਤੂੰ ਰੋਵਣ ਵਾਸਤੇ ਬੈਠੇ ਮੈਂ ਸੈਯਦ ਤੇਰੀ ਅੱਖ ਦਾ ਜ਼ਾਮੇ ਨਾ ਈ ਤੂੰ ਦੁੱਖਾ ਵਧਵਾਇਣ ਵੱਲ ਬੀਆ ਪਿਆ ਕਰੇ ਨਾ ਤੇਰੀ ਅੱਖ ਜਾਣੇ ਸ਼ਾਮ ਦੀ ਲੁੱਟੀ ਵੀ ਸਹਿਣ ਜਾਣੇ ਚਾਚਾ ਰਿਹਾਈ ਦਾ ਹੁਕਮ ਵਸੂਲ ਕਰਕੇ ਮੌਲਾ ਬਾਕਰ ਦਾ ਜ਼ਖਮੀ ਬਾਬਾ ਜ਼ਿੰਦਾਨ ਆਏ ਜ਼ਿੰਦਾਨ ਵਿੱਚ ਹੋਇਆ ਕਿਆ ਹੈ ਪੁੱਪੀ ਦੇ ਸਾਹਮਣੇ ਆ ਕੇ ਬੈਠਾ ਹੈ ਦੋਜ਼ਾ ਨੂੰ ਹੋ ਕੇ ਬੈਠਾ ਹੈ ਹੱਥ ਬੱਧ ਕੇ ਗਰੀਬ ਇਮਾਮ ਇੱਕ ਵਹਿਣ ਕੀਤਾ ਹੈ ਹੁਸੈਨ ਦੇ ਨਾਂ ਤੇ ਹੈ ਜ਼ਰੂਰ ਕਰ ਛੋੜੇ ਜ਼ਿੰਦਾਨ ਵਿੱਚ ਹੋਇਆ ਕਿਆ ਹੈ ਬੈਠਾ ਰੱਸੀਆਂ ਖੋਲ ਕੇ ਬੋਸੇ ਦੇਂਦਾ ਹੈ ਸ਼ਾਹ ਅਮੜੀ ਦਿਆ ਗਿਸਨਿਆ ਤੇ ਆਦਾ ਬੈਠਾ ਹੈ ਉੱਠ ਛੋੜ ਜ਼ਿੰਦਾਨ ਉਹ ਮੇਰੀ ਜ਼ਖਮੀ ਅਮੜੀ ਉਹ ਤੈ ਕੋ ਘਿਨ ਜੁਲਦਾ ਵਤਨਾ ਤੇ ਹੁਣ ਮੈਂ ਸੈਯਦ ਤੇਰੀ ਮਿੰਨਤ ਪਿਆ ਕਰੇ ਨਾ ਇੱਕ ਦਫਾ ਹੈ ਜ਼ਰੂਰ ਕਰੇ ਲੁੱਟ ਕਰ ਬਲਾ ਦੀ ਗੰਢੜੀ ਖੋਲੀ ਸੀ ਵਿੱਚ ਮਾਂ ਦੀ ਚਾਦਰ ਚਾਹੀਦੀ ਸਾਹਮਣੇ ਆ ਕੇ ਆਦਾ ਬੈਠਾ ਲੁੱਟ ਵਾਪਸ ਮਿਲ ਗਈ ਹੈ ਪਾ ਬੁਰਕਾ ਉਹ ਜੋ ਲਵੀਰਾਂ ਦਿਆ ਕਬਰਾਂ ਤੇ ਉਹ ਨਾ ਗਸ ਦਿਖਲਾਵੇ ਹੈ ਵੋ ਗਾਜ਼ੀ ਕੋ ਉਹ ਦੇਵੇ ਚਾਦਰ ਚਾ ਨਾ ਗਸ ਦਿਖਲਾ ਅਦਕੇ ਨੌਕਰ ਬਾਬਾ ਨਾ ਗਸ ਦਿਖਲਾਵੇ ਉਹ ਨਾ ਗਸ ਦਿਖਲਾਵੇ ਨੌਕਰ ਰੀਆਂ ਦੇ ਪਰਦੇ ਹੋ ਮਜ਼ਲੂਮ ਦੇ ਮਾਤਮੀ ਇਨਸ਼ਾਅੱਲਾ ਕਈ ਲੋਕੀ ਨਾ ਰੋਗਾ ਹੈਲੋ ਕਰਮ ਔਲਾ ਇਹਨਾਂ ਦੇ ਬਜ਼ੁਰਗਾਂ ਦੇ ਦਰਜਾਤ ਬੁਲੰਦ ਫਰਮਾ ਸਾਡੀ ਨੌਕਰੀ ਇਹਨਾਂ ਦੀ ਨੌਕਰੀ ਕਬੂਲ ਫਰਮਾ ਇੱਥੇ ਹੀ ਮੇਰਾ ਦਿਲ ਹੈ ਤਾਂ ਕੁਨਵਾ ਸੁਣਾਵਾਂ ਤੇਰੀ ਅੱਖ ਜਾਣੇ ਸ਼ਾਮ ਦੀ ਲੁੱਟੀ ਸਹਿਣ ਜਾਣ ਚਾਚਾ ਇਹ ਨੁਆ ਸ਼ੁਰੂ ਕਰਨ ਤੋਂ ਪਹਿਲੇ ਮੈਂ ਸੈਯਦ ਹਿੱਕ ਦਾ ਇੱਕ ਜੁਮਲਾ ਪੜ੍ਹਦਾ ਉਹਨਾਂ ਆਖੇ ਤਾਂ ਤੈਨੂੰ ਸੁਣਾਵਾਂ ਹਿੱਕ ਗਾਲ 'ਤੇ ਸਾਰੇ ਮਜ਼ਲੂਮ ਦੇ ਕਰਬਲਾ ਦੇ ਜਿਤਨੇ ਆਜ਼ਾਦਾਰ ਬੈਠੇ ਹੋ ਸਾਰਿਆਂ ਦੀ ਹਾਏ ਜ਼ਰੂਰ ਨਿਕਲ ਸੀ ਸੁਚੇਂ ਦਾ ਮੈਂ ਇਹੋ ਰਹਿ ਗਈਆਂ ਜਦ ਨੋਹਾ ਲਿਖਾ ਨਾ ਹਈ ਤਾਂ ਰਿਹਾਈ ਦਾ ਹੁਕਮ ਉਹ ਮੈਂ ਸਦਕੇ ਥੀਵਾਂ ਹਈ ਤਾਂ ਚਾਚਾ ਰਿਹਾਈ ਦਾ ਹੁਕਮ ਅੱਲਾ ਜਾਣੇ ਬਾਕਰ ਦਾ ਜ਼ਖਮੀ ਬਾਬਾ ਇਤਨਾ ਰੁਨਾ ਕਿਉਂ ਹੈ ਉਹ ਮੈਂ ਸਦਕੇ ਥੀਵਾਂ ਜਦੋਂ ਬਹੂ ਰੁਨਾ ਨਾ ਮਾਂ ਦੇ ਸਾਹਮਣੇ ਮੇਰੀ ਸਾਈਣ ਦੀ ਆਵਾਜ਼ ਇਹ ਸਜਾਦ ਬਚੜਾ ਬਿਲ ਫਰਜ਼ ਤਾਂ ਸ਼ਾਮ ਵਿੱਚ ਸਾਹ ਮੁੱਕ ਗਏ ਨਾ ਮੇਰੇ ਨਾਲ ਜਨਾਜ਼ਾ ਚਵਾਉਣ ਵਾਲਾ ਕੋਈ ਨਹੀਂ ਜਦੋਂ ਪੁੱਤਰਾਂ 'ਤੇ ਵਕਤ ਆਵੇ ਨਾ ਜਿਤਨੇ ਜਵਾਨ ਬੈਠੇ ਹੋ ਮਜ਼ਲੂਮ ਦੇ ਨਾਂ 'ਤੇ ਦੁਆ ਪਿਆ ਕਰੇ ਨਾ ਸ਼ਾਲਾ ਤੁਹਾਡੇ ਸਰਾਂ 'ਤੇ ਤੁਹਾਡੇ ਮਾਵਾਂ ਦਾ ਵਾਲਦਾਨ ਦਾ ਸਾਇਆ ਕਾਇਮ ਰਹੇ ਜਦੋਂ ਪੁੱਤਰਾਂ 'ਤੇ ਵਕਤ ਆਵੇ ਨਾ ਰਤ ਮਾਵਾਂ ਤਰਸੱਲੀਆਂ ਦੇਣੀਆਂ ਹਾਈ ਵਿਰੀ ਹਾਈ ਵੱਲੇ ਵੀ ਵਤਨ ਵਹਿੰਦੇ ਹਨ ਮੌਲਾ ਬਾਕਰ ਦਾ ਜ਼ਖਮੀ ਬਾਬਾ ਜਦਾ ਬਹੁਰੂ ਨੇ ਨਾ ਮੇਰੀ ਸਾਇਣ ਪੁੱਤਰ ਦੇ ਪਾਸੇ ਦੇਖ ਕੇ ਜਿਹੜਾ ਵਹਿਣ ਕੀਤਾ ਹੈ ਮੇਰਾ ਨੋਹੇ ਤੇਰੀ ਅੱਖ ਜਾਣੇ ਸ਼ਾਮ ਦੀ ਲੁੱਟੀ ਹੋਈ ਸਹਿਣ ਜਾਣੇ ਮੇਰਾ ਦਿਲ ਹੈ ਜ਼ਿਕਰ ਦੀ ਕਸਮ ਹੈ ਨੌਕਰੀ ਕਰਨ ਵਾਸਤੇ ਅਗਰ ਤੂੰ ਸੁਣਨਾ ਤੱਕ ਵਹਿਣ ਸੁਣਾਵਾਂ ਦੁੱਖਾ ਭਰਾ ਪੁੱਤਰ ਮਾਂ ਕੋ ਤਰਸੱਲੀ ਦੇ ਕੇ ਆਦੀ ਬੈਠੇ ਰੋਂਦਾ ਹੈ ਕਿਉਂ ਹੁਣ ਤਾਂ ਮੇਰੇ ਲਹਿ ਗਏ ਰਸਨ ਨਾ ਖੂਨ ਰੋ ਕਿਉਂ ਹੁਣ ਤਾਂ ਮੇਰੇ ਲਹਿ ਗਏ ਰਸਨ ਨਾ ਖੂਨ ਰੋ ਹੈ ਅੱਜ ਦੇਖਤਾ ਪਈ ਬੈਠੀਆਂ ਹੈ ਪਈ ਬੈਠੀਆਂ ਚਾਦਰ ਮਚਲ ਨਾ ਖੂਨ ਰੋ ਮੇਰਾ ਪੁੱਤਰੀ ਚਾਦਰ ਕਰਾਉਂਦਾ ਵਧਾਵੇ ਨਾ ਦੇਖਣਾ ਮੇਰੇ ਸਰ ਤੇ ਚਾਦਰ ਸਦਕੇ ਤੇ ਵਾਹ
دیاں دے پردے ونے مظلوم دے ماتمی آزادار شالا کہیں دو کھچ نہ رہو میں سید دعا نا صدقے تھے ماں لٹ کر بلا دی گنڈی چو غریب امام جنا چادر ماں دے سر تے رکھیے نا ذکر دی قسم ہے تیری ہے ضرور نکل سی اے ای میری سائن دے سر تے چادر وت دوے ہاتھ میری سائن رکھن سر تے سجاد بچڑے دے پاسے دیکھ کے میری سائن پہلا وین کیڑا کیتا ہے میری سائن دی آواز آئی ہے شام غریباں دی لوٹی زخمی ردا والی اج ملی صدقے 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 والے اج ملے ہائے ہن تا نہیں کہے آمنا ہن تا نہیں کہے آمنا چادر لوٹانا نا خون را صدقے صدقے جوانی عمر دینی کو نصیب ہو مظلوم دے مات نوکر مومن خان زندگیاں دے روز ہوئے مظلوم دے آزادارا نا شالا کئی موکیت میں روان مظلوم دے مات میں صدقے تھے وہاں چاچا یہ تو وڈی قسم کوئی نہیں اے مولا دے علم دے میرا ہاتھ تھی جدہ ستر مظر خان میرے سامنے لکھئے نا میں فقیر سید پوری رات رونا رہا اگر تو رو سنگنا ہے پورے ملک وچ مکانا ہوئے ایڈی دکھی ستر بزرگاں دی اولاد میرے سامنے بیٹھن عزاداری میرے سامنے بیٹھن تلیاں ٹیک کے چاچا میری سین زندان چو اٹھئے پتر دی پہشانی تے بہت سر ایک میری سین وین کی تے شام ہلن لگ گئی ہے میری سین دی آواز آئی ہے کیڑے وطن تے گھن وین ہے میرے وطن یو شام ہے پردے ہونے او مظلوم نے مات بھی کھائیں نو کھچ نہ رہو نو کرم بابا کیڑے وطن تے گھن وین ہے خاتم بتول دے ناتے رونی تا ہائے تے کو پوچا ون جل دیا ہائے پوچا ون جل دیا تے دے وطن نہ خون رہا بی بی آکے تائی کو پچھاون جل دیا میرا وطن ہی ہو شام ہے صدقے جی چاچا جی جی میں کو دھک میاں چاچا دھیاں دے پردے ہونے مظلوم دے ماتمی کہیں ڈوکی اتنا رو حسین دے ماتمی لو کرم بابا کیڑے وطن دے گنوان ہے میرا وطن ہی ہو شام ہے صدقے تھی لو کرم چاچا نو کرم ہائے تے کو پوچا ون جل دیا ہائے صدقے تھی ماں صدقے تھی ماں تے دے وطن نہ خون رو ہائے صدقے تھی ماں صدقے تھی ماں مولا دی قسم ہے تواری محبت ونی پڑھیں دیئے مظلوم دے ماتم جی بابا تے کو پوچا ون جل دیا ہائے ہائے تے دے وطن نہ خون رو روندا ہے کیوں صدقے تھی مولا دی قسم ہے محبت میں نہیں پڑھیں دیئے ہی تو وڈی گال پڑھ داں گر تو رو سنگ دیں تا تیری اکھ جانے شام دے لٹی ہوئے سائن جانے چاہتا میں نو کران دھیان دے پردے ہوں نے ہی تو بڑا وین پہ پڑھ داں چاند قدم میری سائن مومن بے زندان چٹوریے وقت میری سائن ایک دفعہ رکیے پورے زندان چھ میری سائن ڈٹھائے پورے زندان چھ دیکھ کے علی رضا بھائی میری سائن وقت پتر سجاد دے پاس ڈٹھائے روک میری سائن دی آواز آئیے بیٹھی اڈو کبرا بنا دھپ تو اٹھا اصغر دی ماں آئے صدقے ماتم کر چھوڑ بطول دینا دے اصغر دی ماں آئے بچڑے کونے سے پانی ملیا بچڑے کونے سے پانی ملیا دھی کو کفن نہ خون رو صدقے میری سین نوکرے قبول نو
نوکر بابا نوکر بابا دیاں دے پردے ہو نوکر میری سائن تھوڑی ساری نوکری قبول فرما چودہ صدقہ مظلوم دے ماتم ان شاء اللہ کہیں دکھ چ نہ رہوں حسین دی تصدیق نوکر ہاں اٹھ رات ہوں قبر تے بہ کے خیرات پینیم بھائی جان ایک ستر بچی پی ہے نوہ میں بیا شروع کرنا پیام نوہ میں بیا شروع کرنا پیام ایک ستر تے میری نگاہ پائے گئی ہے جن دے وچ حسین دی تصدیق دا دکھ ہے کیونکہ ان دی قبر تو میں خیرات پینی ہے آکھو تے دکھ سنا چھوڑا صابر بھائی میری سائن چوتھا وین یو جاں کی تے شام حل گئی ہے میری سائن دی آواز آئی ہے لٹ مل گئے سر مل گئے معصوم دے در مل گئے صدقے صدقے مل گئے حسین دے ناں تے اگلی ستر تے ہے ضرور کرے در مل گئے ہائے جول احد ہے اٹھی بچڑی پا اٹھی بچڑی پا ہن ہے امان نا کھون را مری سین دی آواز ہے معصوما کو دے دور پا ہن امان صدقے تیا صدقے تیا لا کھول را اینوہ مظلوم دے ذکر دی قسم ہے میرے چھوٹے بھائی دی مولا زندگی دراز فرماوے انہاں دے ہاتھ دا لکھا ہوئے میں یاداں مولا انہاں دے کلام وچ مزید اثر و تاثیر عطا فرماوے انہاں دے واسطے انہاں دے اثر واسطے اگلی سطر پڑھ چھڑے نے آئے آخری سطر مظلوم دے ذکر دی قسم ہے میری سائن زندان چھڑے دی گئی ہے پتر سجاد پاس دے کے میری سائن دی آواز آئی ہے ابرار لے کریا گیا آزاد ہے ماما تیریا صدقے تھی ماں ماما تجا ہے وطن ہوتے وائدا تا پائیں منت سنے بطول دینا تے وائدا تا پائیں امڑی دی من نا خون رو ہائے وطن ہوتے وائدا تا پائیں ہائے صدقے تھیوا وطن بہو پیارے ہوندن اے امڑی دی مل نا خون رو میری سائن نوکری قبول موزمہ سائن مخدومہ سائن تواری ساری نوکری قبول آخری نوا میں آیا تو میں کو حکم کیتا نے آخر تے دعا منگاون تو پہلے زندگی دا کوئی پتہ نہیں اون سائن دا نوا ضرور سناویں جڑی روز پوچھ دی سجاد بھرا شام وچ ہوا نہیں گلدی زندگی دا کوئی پتہ نہیں رل کے اپنی مجلس واسطے نہیں ذکر تے ہاتھ رکھ کے کھڑا اپنی مجلس واسطے نہیں بہن بھرا بڑی عزت دیتی میں سید تہاڈی منت کرے نا میں نوا شروع پیا کرے نا ٹھیک دوا ہے ضرور کریں چا منت ہی واسطے کرے نا پیا جو نی لاون چوں اجن چند لمحے مگر بھائی باقی ہیں مت ہی ویلے دا نوا ہووے تواڈے تے ساڈے تے مخدوم حسین معظم حسین راضی تھی پوسی بہائے تکیتیاں نے چا ہتھ کڑیاں لے ہتھاں تے قیدی میا تھا غریب امام ارادہ کیتا جو غریباں لے قبرستان وچ ونجا میری سائن دے تسلا متحرک تھن دراج ہتھ کڑیاں لے ہتھاں تے میری سائن وین کیتا ہے میری سائن دی آواز آئی ہے میں ڈلا شا چاویں ادھ رات ویلے ساجا دبھرا یا جانی کھڑا ہے صدقے تھیو میری سائن تر دکھاں تو جاد بھرا یا جانی کھڑا او کی میں چاہ کے ٹور سے بھیڑ دے ویچے ہائے باج ردا یا جانی کھڑا صدقے تھیو ہماری سائن دنیا دے پردے ہون جتنے جوان ماتمی بیٹھے ہو شالا بھینی کو نصیب ہو حسین دی تصدیق دکھاں دا شاید میں ستر تے دعا منگا چھوڑا ایڈی دکھی ستر پیا چھوڑا وینا جتوی حسین دی تصدیق تک دکھ یاد آ گیا نا
ਤੁਹਾਡੀ ਹੈ ਜ਼ਰੂਰ ਨਿਕਲ ਵੈਸੇ ਵਿਰਾਜ ਹੱਥ ਕੜੀਆਂ ਤੇ ਜਵਾਨੀਆਂ ਮਾਣੇ ਮੇਰੀ ਸਾਇਣ ਪਹਿਲਾ ਵਹਿਣ ਕਿਹੜਾ ਕੀਤਾ ਹੈ ਗਰੀਬ ਇਮਾਮ ਮੇਰੀ ਸਾਇਣ ਕੋਲ ਪੁੱਛੇ ਮਾਸੂਮਾ ਦੱਸਾ ਤੇ ਕੋ ਕਿਹੜੇ ਵੇਲੇ ਦਫਨ ਕਰਾਂ ਮੇਰੀ ਸਾਇਣ ਦੀ ਆਵਾਜ਼ ਆਈ ਹੈ ਓ ਮੇਰੀ ਲਾਸ਼ ਪੁਚਾਵੇ ਰੁਣ ਸ਼ਾਮਦਾਰ ਸ਼ਾਮਦਾਰ ਬਾਜ਼ਾਰ ਖੁਲਾਇਆ ਜਾਂਦੀ ਹਾਏ ਸਦਕੇ ਸੇਵਾ ਮੌਲਾ ਤੁਹਾਡੇ ਨੌਕਰੀਆਂ ਕਬੂਲ ਫਰਮਾਵੇ ਮਜ਼ਲੂਮ ਨੇ ਮਾਤਮੀ ਆਜ਼ਾਦਾਰ ਸ਼ਾਲਾ ਕਈ ਦੁੱਖ ਚ ਨ ਰਹੋ ਜ਼ਿਕਰ ਸਾਹਮਣੇ ਖੁੱਲ੍ਹਾ ਹੋਏ ਹੁਸੈਨ ਦੀ ਤਸਦੀ ਦਾ ਡੋਖੜਾ ਪੜਦਾ ਤਕਰੀਬਨ ਹੀ 70 ਤੋਂ ਬਾਅਦ ਮੈਂ ਮੁਲਕ ਚ ਮਜ਼ਲ ਸੀ ਬਹੁ ਘੱਟ ਭਰੀਆਂ ਨੇ ਅਗਰ ਤੂੰ ਰੋ ਸੰਗਦਾ ਹੀ ਤੂੰ ਵੱਡਾ ਡੋਖ ਸੁਣਵੇ ਨਾ ਫਿਤਰਤ ਜ਼ਮਾਨੇ ਦੀ ਚਾਚਾ ਜਿਹੜਾ ਕਹੇ ਆਜ਼ਾਦਾਰ ਕੋ ਪਤਾ ਲੱਗ ਵਾਂਜੇ ਮੇਰੀ ਮੌਤ ਦਾ ਵਕਤ ਕਰੀਬ ਹੈ ਆਪਣੇ ਸੱਜਣਾ ਕੋ ਸਦੈਂਦਾ ਯਾਦ ਹੈ ਮੈਂ ਕੋ ਕਰੀਬੀ ਕਬਰਿਸਤਾਨ ਹੀ ਦਫਨ ਕਰਾਏ ਮੇਰੀ ਕਬਰ ਦਾ ਨਿਸ਼ਾਨ ਹੀ ਬਣਾਏ ਅਸਰ ਆਉਂਦੇ ਕਿਉਂ ਵਧੇ ਆਏ ਬਿਰਾ ਜਾਂ ਤਾਂ ਤੇ ਮੇਰੀ ਸੈਨ ਦੂਜਾ ਇਹੋ ਜਵਾਇਨ ਕੀਤਾ ਸ਼ਾਮ ਲੱਣ ਲੱਗ ਗਈ ਹੈ ਮੇਰੀ ਸੈਨ ਦੀ ਆਵਾਜ਼ ਹੈ ਸਜਾਦ ਮੇਰਾ ਅੱਧੀ ਰਾਤ ਵੇਲੇ ਮੈਂ ਕੋ ਦਫਨ ਕਰੇ ਵਾਲੇ ਆਪ ਨਿਸ਼ਾਨ ਮਿਟਾ ਮਾਲਕ ਜਿਤਨੇ ਮਜ਼ਲੂਮ ਦੇ ਮਾਤਮੀ ਆਜ਼ਾਦਾਰ ਰੋਂਦੇ ਬੈਠੇ ਈ ਸੈਨ ਨੌਕਰ ਬਾਬਾ ਨੌਕਰ 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 ਅੱਛਾ ਚਲੋ ਤੂੰ ਰੋਣਾ ਤਾਂ ਮੈਂ ਕੋਈ ਸੈਨ ਦੀ ਔਖੇ ਵੇਲੇ ਦੀ ਕਸਮ ਹੈ ਏਡੀ ਵੱਡੀ ਕਸਮ ਚਾਹਣਾ ਮੈਂ ਸੈਯਦ ਤੇ ਕੁਆਦਾ ਪੀਆਂ ਮੁਲਕੇ 'ਚ ਇੱਥੇ ਹੀ ਮੈਂ ਦੁਆ ਦਾ ਇਖਤਤਾਮ ਕਰੇ ਨਾ ਕਿੱਥੇ ਹੀ ਕਿੱਥੇ ਹੀ ਮਦਰ ਬਈ ਮਜਲਿਸ ਵਿੱਚ ਇਤਨੀ ਰੂਹਾਨੀਅਤ ਹੋਵੇ ਇਤਨੇ ਮਾਤਮੀ ਆਜ਼ਾਦਾਰ ਨੌਜਵਾਨ ਅਗਰ ਰੋਂਦੇ ਬੈਠੇ ਹੋਣ ਮੈਂ 70 ਪੜ੍ਹਦਾ ਕਿਉਂਕਿ ਮੈਂ ਡਰਦਾ ਹੁਸੈਨ ਦੀ ਕਸਮ ਹੈ ਮੈਂ ਤ੍ਰੀਜਾ ਇਹੋ ਜਿਹਾ ਦੁੱਖ ਪੜਨਾ ਹੈ ਰਾਤੀ ਤਾਂ ਬਿਸਤਰ 'ਤੇ ਵੀ ਰੋਵਣਾ ਹੈ ਤ੍ਰੀਜਾ ਵੈਣ ਮੇਰੀ ਸੈਣ ਬਿਰਾ ਦੇ ਹੱਥਾਂ 'ਤੇ ਇਹੋ ਜਿਹਾ ਕੀਤਾ ਸ਼ਾਮ ਹੱਲਣ ਲੱਗ ਗਈ ਹੈ ਮੇਰੀ ਸੈਣ ਦੀ ਆਵਾਜ਼ ਹੈ ਸਜਾਦ ਬਿਰਾ ਓ ਮੇਰਾ ਯੋਖਾ ਨਾ ਦੇਖੇ ਕੋਈ ਮੇਰੇ ਖੁੱਲੇ ਹੋਏ ਵਾਲ ਨਾ ਦੇਖੇ ਕੋਈ ਹੁਣ ਹੈ ਕਰ ਬੀਬੀ ਦੇ ਨਾਂ ਤੇ ਦੇਖੇ ਕੋਈ ਮੇਰੇ ਖੁੱਲੇ ਹੋਏ ਵਾਲ ਨਾ ਦੇ ਮੇਰੀ ਸੈਣ ਮੇਰੀ ਸੈਣ ਆਜ ਨਾ ਜੱਕੂ ਕੋ ਕਬੂਲ ਫਰਮਾ ਮੇਰੇ ਖੁੱਲੇ ਹੋਏ ਵਾਲ ਨਾ ਦੇਖੇ ਮੌਲਾ ਸਾਡੀ ਨੌਕਰੀ ਕਬੂਲ ਕਰ ਈ ਸੈਣ ਦਾ ਵਾਸਤਾ ਹੀ ਇਹ ਨੌਕਰੀ ਕਬੂਲ ਫਰਮਾ ਮੈਨੂੰ ਕਰ ਬਾਬਾ ਓ ਮਦਾਇਓ ਕਾਲ ਨਾ ਦੇਖੇ ਕੋਈ ਮੇਰੇ ਖੁੱਲੇ ਹੋਏ ਵਾਲ ਨਾ ਦੇਖੇ ਕੋਈ ਸਹਨਾ ਸੰਗ ਸੇ ਭੀੜ ਕੋਲੋ ਹਾਏ ਸੰਗ ਸੇ ਭੀੜ ਕੋਲੋ ਮੈਡਮ ਮਈਆ ਤੂੰ ਲੁਕਾਇ ਜਾਂਦੀ ਖੜਾ ਸਜਾਦ ਮੈਂ ਵੱਡੀ ਸਹਿਣ ਦਾ ਵਾਸਤੇ ਨੌਕਰੀ ਕਬੂਲ ਫਰਮਾ ਈ ਸਹਿਣ ਦਾ ਵਾਸਤੇ ਜਿਤਨੇ ਮਜ਼ਲੂਮ ਨੇ ਮਾਤਮੀ ਆਜ਼ਾਦਾਰ ਪਾਕ ਜ਼ਿਕਰ ਤੇ ਤਸ਼ਰੀਫ ਘੇਰਨਾ ਇਹਨਾਂ ਨੇ ਜ਼ਿੰਦਗੀ ਅੰਦਰ ਆਸ ਫਰਮਾ ਈ ਸਹਿਣ ਦੇ ਦੁੱਖਾਂ ਦਾ ਸਦਕਾ ਇਹਨਾਂ ਕੋ ਹਰ ਦੁੱਖ ਤੋਂ ਅਮਾਨ ਦੇ ਈ ਸਹਿਣ ਦਾ ਸਦਕਾ ਬਾਨੀਆਂ ਨੇ ਮਾਲ ਰਿਜ਼ਕ ਇੱਜ਼ਤ ਇਜ਼ਾਫਾ ਫਰਮਾ ਸਦਾ ਇਹਨਾਂ ਕੋ ਮਜ਼ਲੂਮ ਕਰਬਲਾ ਦਾ ਜ਼ਿਕਰ ਕਰਾਉਣ ਦੀ ਤੋਫੀਕ ਅਤਾ ਫਰਮਾ ਮਾਲਕ ਕਾ ਮਜ਼ਲੂਮ ਨਾ ਵਾਸਤੇ ਜਿਤਨੇ ਮਾਤਮੀ ਅਜ਼ਾਦਾਰ ਬਿਮਾਰ ਇਨ ਸਿਹਤ ਅਤਾ ਫਰਮਾ ਜਿਹੜੀਆਂ ਜੋਲੀਆਂ ਸਿੱਖਦਨ ਜ਼ਿਕਰ ਦਾ ਸਦਕਾ ਉਹਨਾਂ ਦਾ ਜੋਲੀਆਂ ਆਬਾਦ ਫਰਮਾ ਮਾਲਕ ਤਦ ਕੁਤਾ ਕਿਆਮਤ ਤੱਕ ਆਬਾਦ ਸ਼ਾਦ ਫਰਮਾ ਮਜ਼ਲੂਮ ਦਾ 13 ਜ਼ਰਬਾਂ ਦਾ ਵਾਸਤੇ ਸਾਕੋ ਰਿਆਕਾਰੀ ਤੋਂ ਅਮਾਨ ਦੇਵੇ ਮਜ਼ਲੂਮ ਦਾ ਸੱਚਾ ਨਮਾਜ਼ੀ ਅਜ਼ਾਦਾਰ ਬਣਾ
مولا دا صحیح سا کو ذکر پڑھن دی حسین دے آزاداراں کو سنن دی توفیق عطا فرما. مالک مظلوم نواستے جتنے ہاتھ اٹھے ہوئے میں سمیت سارے آزاداراں دے نسلاں وچ وی مظلوم دا ذکر سنن دی کرن دی توفیق عطا فرما. مالک سا کو ایو جیاں بنا جو اساں بادشاہ امام زمانہ دی نالائن تے ہاتھ رکھ سکوں. مالک مظلوم دا ذکر حسین دے آزاداراں دے نسلاں وچ وی قائم و دائم فرما. مالک بانیان جڑی خواہش واسطے پھوڑی وچھائیے اون دے بزرگاں دے درجات بلند فرما. ای مجلس پاک جنہاں جنہاں ہی سر لائے ای سائن دے آخری ویلے دا واسطے ہی او میں صدقے تھیواں جڑی روز آ دیے سجاد بھرا بل فرض میرے شام عشاء موکو انجن نا مت کوشش کرے میری قبر جھکی جات بناویں. ای سائن دے واسطے ہی سارے بزرگاں دے درجات بلند فرما. انہاں دی نوکری ساری نوکری اپنے دربار وچ قبول فرما. مظلوم کربلا دے سونے بچڑے سرکار مہدی دا جلدی ظہور فرما. مالک تو رحیم ہے تو کریم ہے جتنے دعائیں منگیا سے جتنے ہاتھ چاہی بیٹھن جو دل وچ نیک خواہشات اے ای ویلے دا واسطے سارے آزاداراں دے دعائیں اپنے دربار وچ قبول فرما. مالک تو رحیم ہے تو کریم ہے شاہن شاہ دا جلدی ظہور فرما. مولا دی زیارت تو مشرف فرما. اللہم صلی علی محمد و آل محمد وعد الفرجا قائم آل محمد علیہ الصلوۃ والسلام. پنج نعرہ پنج تنی سوا لکھ نعرہ حیدری. بی بی مخدومہ کونین دے دشمنہ تلانا صلی علی محمد ابو